ਹਜੇ ਅਸੀਂ ਆਈ ਹਾਂ, ਹਜੇ ਮੌਕੇ 'ਤੇ ਮੁਲਾਜ਼ਮ ਪਹੁੰਚੇ ਹੋਏ ਨੇ, ਉਹਨਾਂ ਦੀ ਤਫਤੀਸ਼ ਚੱਲਦੀ ਆ, ਉਹ ਦੇਖਦੇ ਹਾਂ ਕਿਉਂ ਇਹ ਹੋ ਰਿਹਾ ਮੌਕਾ ਜਿਹੜਾ ਹੋਇਆ। ਇਹ ਬੰਦਾ ਗੱਡੀ ਚਲਾਉਂਦਾ ਸੀਗਾ, ਮੈਰਿਜ ਹੋਈ ਹੋਈ ਸੀਗੀ, ਅਤੇ ਮੈਰਿਜ ਹੋਈ ਆ ਅਤੇ ਕਿਸੇ ਦੇ ਘਰ ਦੇ ਮੇਰੇ ਖਿਆਲ 5-7 ਦਿਨ ਤੋਂ ਗਏ ਹੋਏ ਸੀਗੇ, ਉਹਦੇ ਕਰਕੇ ਡਰਿੰਕ ਡਰੁੰਕ ਕਰਦਾ ਸੀ, ਕੁਛ ਹਰਕਤ ਕਰ ਬੈਠਿਆ। ਇਹ ਰਹਿੰਦਾ ਇੱਥੇ ਸੀਗਾ, ਪਿੰਡੇ ਦਾ ਭਾਮੀ ਆ ਸਾਡਾ ਪੁਰਾਣਾ, ਸਾਡੇ ਪਿੰਡ ਦਾ ਹੀ ਜੱਦੀ ਪੁਰਾਣਾ ਵਾ ਇਹਦੇ ਫਾਦਰ ਸਾਹਿਬ, ਅਤੇ ਇਹ ਇੱਥੇ ਕਿਰਾਏ 'ਤੇ ਰਹਿੰਦਾ ਸੀ ਵੱਖਰਾ, ਅਤੇ ਅੱਜ ਅਸੀਂ ਹੁਣ ਮੌਕੇ 'ਤੇ ਪਹੁੰਚੀ ਹਾਂ ਜੀ, ਆਈ ਹਾਂ, ਹੁਣ ਦੇਖਦੇ ਹਾਂ ਕੀ। ਠੀਕ ਹੈ, ਇੱਥੇ ਤਲਾਹ ਮਿਲੀ ਕਿ ਸ਼ਾਂਤੀ ਵਿਹਾਰ ਕਿਸੇ ਨੇ ਸੁਪਰਡ ਕਰ ਲਿਆ, ਮੌਕੇ 'ਤੇ ਆ ਕੇ ਡੈੱਡ ਬੋਡੀ ਕਬਜ਼ੇ ਲਈ ਆ, ਅਤੇ ਬਾਕੀ ਵਾਰਸਾਂ 'ਤੇ ਜੋ ਵੀ ਇਹਨਾਂ ਦਾ ਬਿਆਨ ਲਿਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜਿਹੜੀ ਡੈੱਡ ਬੋਡੀ ਅਸੀਂ ਮੋਰਚਰੀ ਸਿਵਲ ਹਸਪਤਾਲ ਭੇਜ ਰਹੇ ਹਾਂ। ਕੰਮ ਤਾਂ ਜੀ ਵੈਰੀਫਾਈ ਕਰਨਾ ਜੀ, ਘਰਦਿਆਂ ਨੂੰ ਪਤਾ ਕਰਨਾ ਜੀ, ਡਰਾਈਵਰ ਹਾਂਜੀ, ਅਤੇ ਉਹ ਸਾਰਾ ਪੜਤਾਲ ਕਰਕੇ ਅਤੇ ਜੋ ਵੀ ਬਿਆਨ ਲਿਖਾਉਣ ਮੁਤਾਬਕ ਕਰਵਾਈ ਜੀ। ਸਿਵਲ ਹਸਪਤਾਲ ਮੋਰਚੀ ਰੱਖਣ ਜਾ ਰਹੇ, ਮਿਲਿਆ ਹੈਗਾ ਉਹਦੀ ਵੈਰੀਫਾਈ ਕਰਕੇ, ਜਿਹੜੇ ਖਿਲਾਫ਼ ਹੋ ਗਏ ਉਹ ਕਾਰਵਾਈ ਕੀਤੀ ਜਾਊ। ਕੋਈ ਉਹਦੀ ਪਤਨੀ ਦੇ ਨਾਲ ਕੋਈ ਅਣਬਣ ਸੀ ਉਹਦਾ ਕਰਕੇ, ਉਹਦੇ ਮੈਰਿਡ ਹੈ, ਬਾਕੀ ਇਹਨਾਂ ਦੇ ਘਰਦਿਆਂ ਤੋਂ ਪਤਾ ਲੱਗਦਾ ਸਰ, ਕਰੀਬ 40 ਸਾਲ ਦੱਸਦੇ ਬਾਕੀ ਇੱਥੇ ਤਾਂ ਵਸੀ ਇੱਕ ਭਾਮੀਆਂ ਦਾ ਵਸੀ ਹੈ, ਤੇ ਭਾਮੀਆਂ ਦਾ ਇੱਥੇ ਕਿਰਾਏ ਦਾ ਰਹਿੰਦਾ ਹੈ।